ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਬਰਜਿੰਦਰ ਸਿੰਘ ਹਮਦਰਦ ਬਰਜਿੰਦਰ ਸਿੰਘ ਹਮਦਰਦ ਅਜੀਤ ਗਰੁੱਪ ਆਫ ਨਿਊਜ਼ਪੇਪਰਸ ਦੇ ਮੈਨੇਜਿੰਗ ਐਡੀਟਰ ਨੇ ਮੈਨੇਜਿੰਗ ਡਾਇਰੈਕਟਰ ਵੀ ਨੇ ਉਹ ਤੇ ਉਹਨਾਂ ਨੇ ਬੀਤੇ ਦਿਨ ਜਲੰਧਰ ਦੇ ਵਿੱਚ ਇੱਕ ਮੰਚ ਸਜਾਇਆ ਬੀਤੇ ਵੀਰਵਾਰ ਯਾਨੀ ਕਿ 1 ਜੂਨ ਨੂੰ ਔਰ ਉਸ ਮੰਚ ਤੇ ਉਹਨਾਂ ਨੇ ਪੰਜਾਬ ਦੀਆਂ तमाम ਜਿਹੜੀਆਂ ਵਿਰੋਧੀ ਪਾਰਟੀਆਂ ਸੀ ਸਿਆਸੀ ਪਾਰਟੀਆਂ ਸੀ ਉਹਨਾਂ ਦੇ ਨੁਮਾਇੰਦਿਆਂ ਨੂੰ ਉਹਨਾਂ ਦੇ ਲੀਡਰਸ ਨੂੰ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਇਨਵਾਈਟ ਕੀਤਾ ਤੇ ਇਹਨਾਂ ਨੇ ਸਾਰੇ ਨੇ ਆ ਕੇ ਬਰਜਿੰਦਰ ਸਿੰਘ ਹਮਦਰ ਦੇ ਹੱਕ ਦੇ ਵਿੱਚ ਇਹ ਗੱਲ ਕਹੀ ਕਿ ਜੋ ਕੁਝ ਵੀ ਉਹਨਾਂ ਦੇ ਨਾਲ ਹੋ ਰਿਹਾ ਪੰਜਾਬ ਵਿਜੀਲੈਂਸ ਬਿਊਰੋ ਉਹਨਾਂ ਦੀ ਜਾਂਚ ਕਰ ਰਹੀ ਹੈ ਪੰਜਾਬ ਸਰਕਾਰ ਦੇ ਆਦੇਸ਼ ਤੇ ਇਹ ਸਰਾਸਰ ਗਲਤ ਆ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਹਿੰਦੇ ਪ੍ਰੈਸ ਦੀ ਜਿਹੜੀ ਆਜ਼ਾਦੀ ਆ ਉਹ ਜਿਹੜੀ ਫਰੀडम ਆ ਪ੍ਰੈਸ ਦੀ ਉਹ ਬਰਕਰਾਰ ਰਹਿਣੀ ਚਾਹੀਦੀ ਆ ਤੇ ਜੇ ਇਹ ਬਰਕਰਾਰ ਨਹੀਂ ਰਹਿੰਦੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਸ ਆਪਣੇ ਇਸ ਉਪਰਾਲੇ ਨੂੰ ਅਸੀਂ ਹੋਰ ਤੇਜ਼ ਕਰਾਂਗੇ ਜਾਂ ਇਹ ਵੀ ਕਹਿ ਸਕਦੇ ਆ ਕਿ ਅਸੀਂ ਅੰਦੋਲਨ ਤੱਕ ਕਰਨ ਲਈ ਤਿਆਰ ਆ ਬੜੀ ਚੰਗੀ ਗੱਲ ਆ ਇਹ ਵੀ ਗੱਲ ਤੁਹਾਡੀ ਚੰਗੀ ਲੱਗੀ ਇਸੇ ਦੌਰਾਨ ਇੱਕ ਹੋਰ ਤਸਵੀਰ ਉੱਥੇ ਨਜ਼ਰ ਆਉਂਦੀ ਆ ਉਹ ਆਉਂਦੀ ਆ ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੀ ਜਫੀ ਨੂੰ ਲੈ ਕੇ ਖੈਰ ਉਹਦੇ ਕੀ ਸਿਆਸੀ ਮਾਨੇ ਨੇ ਉਹ ਤਾਂ ਬਾਅਦ ਚ ਆਪਾਂ ਗੱਲ ਕਰ ਲਾਂਗੇ ਕਿ ਇਹਦੀਆਂ ਕੀ ਇੰਪਲੀਕੇਸ਼ਨਸ ਹੋਣਗੀਆਂ ਕੀ ਇਹਦੀਆਂ ਰੈਮੀਫਿਕੇਸ਼ਨਸ ਹੋਣਗੀਆਂ ਉਹ ਇੱਕ ਅਲੱਗ ਮਸਲਾ ਆ ਪਰ ਜਿਹੜੇ ਬੇਸਿਕ ਮਸਲਾ ਉੱਥੇ ਹੈ ਜਿਸ ਕਰਕੇ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਉਹ ਮੈਨੂੰ ਲੱਗਦਾ ਬਹੁਤ ਅਹਿਮ ਆ ਕਿਉਂਕਿ ਜਦੋਂ ਜਦੋਂ ਵੀ ਪ੍ਰੈਸ ਇਕੱਠੀ ਹੁੰਦੀ ਆ ਆਪਸ ਦੇ ਵਿੱਚ ਇੱਕ ਜੁਟਤਾ ਦਿਖਾਉਂਦੀ ਆ ਤੇ ਸਰਕਾਰਾਂ ਚਾਹੇ ਸੂਬਾ ਸਰਕਾਰਾਂ ਹੋਣ ਤੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਸਾਰੀਆਂ ਸਰਕਾਰਾਂ ਗੋਡਿਆਂ ਭਾਰ ਆ ਜਾਂਦੀਆਂ ਨੇ ਇਹ ਸਾਰੀਆਂ ਸਰਕਾਰਾਂ ਲੰਮੀਆਂ ਪੈ ਜਾਂਦੀਆਂ ਨੇ ਸਰਕਾਰਾਂ ਕੋਸ਼ਿਸ਼ ਇਹ ਕਰਦੀਆਂ ਕਿ ਤੋੜਿਆ ਜਾਵੇ ਸੋ ਇਸ ਕਰਕੇ ਪ੍ਰੈਸ ਨੂੰ ਤਾਂ ਹਰ ਇੱਕ ਉਸ ਵਿਅਕਤੀ ਦੀ ਜਿਹੜਾ ਪ੍ਰੈਸ ਦੇ ਨਾਲ ਜੁੜਿਆ ਜਿਹੜਾ ਜਰਨਲਿਜ਼ਮ ਕਰਨਾ ਚਾਹੁੰਦਾ ਪਤ్రਕਾਰੀ ਕਰਨਾ ਚਾਹੁੰਦਾ ਉਹਦੀ ਹਮਾਇਤ ਤਾਂ ਕਰਨੀ ਪਊਗੀ ਇਸ ਸਾਰੇ ਮਾਮਲੇ ਨੂੰ ਅਸੀਂ 360 ਡਿਗਰੀ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਨੇ ਬੀਤੇ ਦਿਨ ਯਾਨੀ ਕਿ ਬੀਤੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਬਿਲਕੁਲ ਸਪਸ਼ਟ ਕਰਤੀ ਹੈ ਕਹਿੰਦੇ ਜਿਹੜੇ ਤੁਹਾਡੇ ਕੈਬਨਿਟ ਦੇ ਵਿੱਚ ਲਾਲਚੰਦ ਕਟਾਰੂ ਚੱਕ ਨੇ ਫੂਡ ਐਂਡ ਸਿਵਲ ਸਪਲਾਈਜ਼ ਮੰਤਰੀ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਹੁਣੇ ਹੀ ਨਹੀਂ ਚਾਹੀਦਾ ਉਹਨਾਂ ਨੂੰ ਤਾਂ ਹੁਣ ਤੱਕ ਬਾਹਰ ਹੋਣਾ ਚਾਹੀਦਾ ਸੀ ਬਲਕਿ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਜੋ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਕੈਬਨਿਨਟ ਐਕਸਪੈਂਸ਼ਨ ਹੋਈ ਜਿਹਦੇ ਵਿੱਚ ਕਈ ਮੰਤਰੀਆਂ ਤੋਂ ਅਸਤੀਫੇ ਵੀ ਲੈ ਗਏ ਕਈਆਂ ਨੂੰ ਵਾਧੂ ਮਹਿਕਮੇ ਦੇ ਦਿੱਤੇ ਗਏ ਕਈਆਂ ਤੋਂ ਮਹਿਕਮੇ ਖੋਲੇ ਗਏ ਉਸ ਦੌਰਾਨ ਹੀ ਤੁਸੀਂ ਲਾਲਚੰਦ ਕਟਾਰੂ ਚੱਕ ਨੂੰ ਬਾਹਰ ਦਾ ਰਾਹ ਦਿਖਾ ਦਿੰਦੇ ਪਰ ਇਸ ਤਰ੍ਹਾਂ ਹੋਇਆ ਨਹੀਂ ਕਿ ਪੰਜਾਬ ਦੇ ਗਵਰਨਰ ਨੂੰ ਬਾਰ-ਬਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਨਸੀਹਤ ਦੇਣੀ ਪਊਗੀ ਕਿ ਜੇ ਇੱਕ ਇਸ ਤਰ੍ਹਾਂ ਦੇ ਮੰਤਰੀ ਨੇ ਕੋਈ ਘਨਾਉਣੀ ਹਰਕਤ ਕੀਤੀ ਹੈ ਕੋਈ ਸ਼ਰਮਨਾਕ ਹਰਕਤ ਕੀਤੀ ਆ ਉਸ ਨੂੰ ਮੰਤਰੀ ਮੰਡਲ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਤੇ ਫਿਰ ਅਫਰੀਦ ਅਫਰੂਜ਼ 21 ਸਾਲਾਂ ਦਾ ਉਹ ਪਟਿਆਲੇ ਦਾ ਮੁੰਡਾ ਜਿਹਨੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਟੌਪ ਕੀਤਾ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਬਹੁਤ ਵੱਡੀ ਪ੍ਰਾਪਤੀ ਆ ਔਰ ਕੱਲਾ ਨੈਸ਼ਨਲ ਡਿਫੈਂਸ ਅਕੈਡਮੀ ਦੇ ਉਸ ਬੈਚ ਨੂੰ ਨਹੀਂ ਉਸਨੇ ਟੌਪ ਕੀਤਾ ਉਸ ਨੇ ਬਲਕਿ ਪ੍ਰੈਜ਼ੀਡੈਂਟ ਗੋਲਡ ਮੈਡਲ ਉਹ ਵੀ ਜਿੱਤਿਆ ਤੇ ਇਸ ਤੋਂ ਇਲਾਵਾ ਬੈਸਟ 에ਅਰ ਫੋਰਸ ਕੈਡਟ ਉਹ ਵੀ ਖਿਤਾਬ ਉਹਨੇ ਜਿੱਤਿਆ ਔਰ ਚੰਗਾ ਇਸ ਕਰਕੇ ਹੋਰ ਵੀ ਲੱਗਦਾ ਜਦੋਂ ਇੱਕ ਮਾਈਨੋਰਟੀ ਕਮਿਊਨਿਟੀ ਇੱਕ ਘੱਟ ਗਿਣਤੀ ਉਸ ਕਮਿਊਨਿਟੀ ਤੋਂ ਇੱਕ ਯੰਗ ਮੁੰਡਾ ਇੰਨੀ ਵੱਡੀ ਅਚੀਵਮੈਂਟ ਪ੍ਰਾਪਤ ਕਰਦਾ ਔਰ ਉਸ ਵਕਤ ਜਦੋਂ ਭਾਰਤ ਦੇ ਵਿੱਚ ਪੂਰੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਇੱਕ ਮਹੌਲ ਇਹ ਬਣਾਇਆ ਜਾ ਰਿਹਾ ਕਿ ਕਮਿਊਨਿਟੀ ਇਹ ਤਾਂ ਐਂਟੀ ਨੈਸ਼ਨਲ ਆ ਇਹਨਾਂ ਨੂੰ ਤਾਂ ਇੱਥੇ ਹੋਣਾ ਹੀ ਨਹੀਂ ਚਾਹੀਦਾ ਇਸ ਕਰਕੇ ਇਸ ਅਚੀਵਮੈਂਟ ਨੂੰ ਹੋਰ ਵੀ ਵਧੀਆ ਨਜ਼ਰਾਂ ਨਾਲ ਜਾਂ ਸ਼ਾਨਦਾਰ ਨਜ਼ਰਾਂ ਦੇ ਨਾਲ ਦੇਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੈਂ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਸਨ 2005 ਲਗਭਗ 18 ਸਾਲ ਪਹਿਲਾਂ ਇੰਡੀਅਨ ਐਕਸਪ੍ਰੈਸ ਦੇ ਪ੍ਰਿੰਸੀਪਲ ਕੋਰレスਪੋਨਡੈਂਟ ਹੁੰਦੇ ਸੀ ਗੌਤਮ ਧੀਰ ਗੌਤਮ ਧੀਰ ਨੂੰ ਫੜ ਲਿਆ ਗਿਆ ਪੰਜਾਬ ਪੁਲਿਸ ਵੱਲੋਂ ਔਰ ਪੰਜਾਬ ਪੁਲਿਸ ਦੇ ਉਸ ਵਕਤ ਇੰਸਪੈਕਟਰ ਜਨਰਲ ਹੁੰਦੇ ਸੀ ਸੁਮੇਤ ਸਿੰਘ ਸੈਣੀ ਸੁਮੇਤ ਸਿੰਘ ਸੈਣੀ ਨੇ ਨਯਾ گاؤں ਕੇਸ ਦੇ ਬਹਾਨੇ ਗੌਤਮ ਧੀਰ ਨੂੰ ਗ੍ਰਿਫਤਾਰ ਕਰ ਲਿਆ ਔਰ ਗ੍ਰਿਫਤਾਰ ਕਰਕੇ ਲੋਕਅਪ ਦੇ ਵਿੱਚ ਲੈ ਗਏ ਪ੍ਰੈਸ ਨੂੰ ਪਤਾ ਲੱਗ ਗਿਆ ਉਸ ਵਕਤ ਪੰਜਾਬ ਦੇ ਡੀਜੀਪੀ ਹੁੰਦੇ ਸੀ ਸਰਬਜੀਤ ਸਿੰਘ ਵਿਰਕ ਐਸਐਸ ਵਿਰਕ ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਸਾਰੀ ਦੀ ਸਾਰੀ ਪ੍ਰੈਸ ਇਕੱਠੀ ਹੋ ਗਈ ਇੱਕ ਚੁਟਤਾ ਦਿਖਾਈ ਸਾਰੀ ਪ੍ਰੈਸ ਪਹੁੰਚ ਗਈ ਪਹਿਲਾਂ ਤਾਂ ਡੀਜੀਪੀ ਦੇ ਐਸਐਸ ਵਿਰਕ ਦੇ ਕੋਲ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਔਰ ਰਾਤੋਂ ਰਾਤ ਗੌਤਮ ਧੀਰ ਨੂੰ ਛੱਡ ਵੀ ਦਿੱਤਾ ਗਿਆ ਬਲਕਿ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਤੇ ਐਸਐਸ ਵਿਰਕ ਜਿਹੜੇ ਉਸ ਵਕਤ ਦੇ ਡੀਜੀਪੀ ਸੀ ਉਹਨਾਂ ਨੇ ਵੀ ਕਾਫੀ ਫੁਰਤੀ ਦਿਖਾਈ ਔਰ ਸੁਮੇਸ਼ ਸਿੰਘ ਸੈਣੀ ਜੋ ਉਸ ਜਰਨਲਿਸਟ ਨੂੰ ਉਸ ਪੱਤਰਕਾਰ ਨੂੰ ਛੱਡ ਨਹੀਂ ਸੀ ਰਿਹਾ ਉਹਨਾਂ ਨੂੰ ਵੀ ਆਖਿਰਕਾਰ ਛੱਡਣਾ ਪਿਆ ਮੈਂ ਇਨਸੀਡੈਂਟ ਤੁਹਾਨੂੰ ਇਸ ਕਰਕੇ ਦੱਸਿਆ ਕਿ ਜਦੋਂ ਪ੍ਰੈਸ ਇਕੱਠੀ ਹੋ ਜੇ ਤੇ ਫਿਰ ਸਰਕਾਰਾਂ ਚਾਹੇ ਜਿੰਨੀਆਂ ਵੀ ਪਾਵਰਫੁਲ ਹੋਣ ਉਹ ਝੁੱਕ ਜਾਂਦੀਆਂ ਨੇ ਔਰ ਤੁਸੀਂ ਫਿਰ ਪ੍ਰੈਸ ਦੀ ਆਜ਼ਾਦੀ ਨੂੰ ਬਰਕਰਾਰ ਰੱਖ ਸਕਦੇ ਹੋ ਮੈਂ ਤੁਹਾਨੂੰ ਹੋਰ ਵੀ ਐਗਜ਼ਾਮਪਲ ਦਿੰਨਾ ਪਰ ਕਈ ਇਸ ਤਰ੍ਹਾਂ ਦੀ ਵੀ ਐਗਜ਼ਾਮਪਲਸ ਨੇ ਜਦੋਂ ਕਮਰ ਸੰਧੂ ਕਮਰ ਸੰਧੂ ਜਿਹੜੇ ਬਹੁਤ ਅਖਬਾਰਾਂ ਦੇ ਐਡੀਟਰ ਨੇ ਇਹ ਨੇ ਚਾਹੇ ਉਹ ਇਨਨ ਐਕਸਪ੍ਰੈਸ ਸੀ ਚਾਹੇ ਉਹ ਹਿੰਦੁਸਤਾਨ ਟਾਈਮ ਸੀ ਪਰ ਉਸ ਤੋਂ ਬਾਅਦ ਡੇ ਐਂਡ ਨਾਈਟ ਉਹਨਾਂ ਨੇ ਇੱਕ ਚੈਨਲ ਸੀ ਉਹਨਾਂ ਦਾ ਮੀਡੀਆ ਚੈਨਲ ਖੋਲਿਆ ਖਬਰਾਂ ਦਾ ਉਹ ਚੈਨਲ ਸੀ ਪਰ ਉਸ ਚੈਨਲ ਨੂੰ ਜਦੋਂ ਦਿਖਾਇਆ ਨਹੀਂ ਸੀ ਜਾ ਰਿਹਾ ਤੇ ਉਸ ਵਕਤ ਉਹਨਾਂ ਨੇ ਸਨ 2012 ਦੇ ਵਿੱਚ ਸਨ 2010 ਦੇ ਵਿੱਚ ਚੈਨਲ ਖੁੱਲਾ ਸੀ ਲੇਕਿਨ ਸਨ 2012 ਦੇ ਵਿੱਚ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਕਿ ਕਿਸ ਤਰ੍ਹਾਂ ਉਹਨਾਂ ਦੇ ਚੈਨਲ ਨੂੰ ਮਿਊਟ ਕੀਤਾ ਜਾ ਰਿਹਾ ਬਲੈਕਆਊਟ ਕੀਤਾ ਜਾ ਰਿਹਾ ਇਸ ਬਾਰੇ ਮੈਂ ਤੁਹਾਨੂੰ ਹੋਰ ਵੀ ਵਿਸਤਾਰ ਨਾਲ ਦੱਸੂੰਗਾ ਪਰ ਉਸ ਵਕਤ ਪ੍ਰੈਸ ਉਹਨਾਂ ਦੇ ਨਾਲ ਖੜੀ ਨਹੀਂ ਤੇ ਆਖਿਰਕਾਰ ਉਹ ਚੈਨਲ ਲੜਾਈ ਹਾਰ ਗਿਆ ਬਲਕਿ ਚੈਨਲ ਬੰਦ ਹੋ ਗਿਆ ਇਹ ਮੈਂ ਤੁਹਾਨੂੰ ਦੋ ਪੁਰਾਣੀਆਂ ਘਟਨਾਵਾਂ ਦੱਸੀਆਂ ਨੇ ਤੇ ਮੈਂ ਜਦੋਂ ਇਹਨਾਂ ਬਾਰੇ ਪੁੱਛਿਆ ਇਥੋਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਰਹੇ ਨੇ ਸਾਬਕਾ ਸਰਬਜੀਤ ਸਿੰਘ ਪੰਧੀਰ ਤੇ ਇਸੇ ਤਰ੍ਹਾਂ ਜਗਤਾਰ ਸਿੰਘ ਸਿੱਧੂ ਇਹਨਾਂ ਤੋਂ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਇਹ ਗੱਲ ਬਿਲਕੁਲ ਸਹੀ ਕਹੀ ਉਹ ਕਹਿੰਦੇ ਸਾਰੀ ਪ੍ਰੈਸ ਨੂੰ ਇਕੱਠੇ ਹੋ ਕੇ ਖੜਨਾ ਚਾਹੀਦਾ ਚਾਹੇ ਤੁਹਾਨੂੰ ਕੋਈ ਪਸੰਦ ਹੈ ਚਾਹੇ ਤੁਹਾਨੂੰ ਕੋਈ ਪਸੰਦ ਆ ਕਿਸੇ ਦਾ ਜਰਨਲਿਜ਼ਮ ਕਿਸੇ ਦੀ ਪੱਤਰਕਾਰੀ ਤੁਹਾਨੂੰ ਪਸੰਦ ਆ ਤੁਹਾਡੇ ਆਪਣੇ ਪਰਸਨਲ ਕਿਸੇ ਦਾ ਮਨਮਟਾਵ ਜਾਂ ਮਤਭੇਦ ਹੋ ਸਕਦੇ ਨੇ ਪਰ ਜਦੋਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਆਉਂਦੀ ਆ ਤੇ ਤੁਹਾਨੂੰ ਇਕੱਠੇ ਇਸ ਕਰਕੇ ਖੜਨਾ ਚਾਹੀਦਾ ਕਿਉਂਕਿ ਜੇ ਸਰਕਾਰਾਂ ਤੁਹਾਨੂੰ ਤੋੜਨ ਲੱਗ ਜਾਣਗੀਆਂ ਤੇ ਤੁਹਾਡੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਵੀ ਉਹਨਾਂ ਨੂੰ ਆਸਾਨੀ ਹੋ ਜਾਏਗੀ ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਇਹਨੂੰ ਫਾਸਟ ਫੋਰਵਰਡ ਲੈ ਆਉਨੇ ਆ ਹੁਣ ਅੱਜਕੱਲ੍ਹ ਪਿਛਲੇ ਦਿਨਾਂ ਦੇ ਵਿੱਚ ਇੰਡੀਨ ਐਕਸਪ੍ਰੈਸ ਦੇ ਹੀ ਇੱਕ ਹੋਰ ਜਰਨਲਿਸਟ ਅੰਮ੍ਰਿਤਸਰ ਉਹ 베ਸਡ ਨੇ ਕਮਲਦੀਪ ਸਿੰਘ ਬਰਾੜ ਇਹਨਾਂ ਦਾ ਟਵਿੱਟਰ ਅਕਾਊਂਟ ਬੰਦ ਕਰਤਾ ਅੱਜ ਤੱਕ ਇਹਨਾਂ ਦਾ ਟਵਿੱਟਰ ਅਕਾਊਂਟ ਬੰਦ ਆ ਹਜੇ ਤੱਕ ਜੋ ਮੇਰੀ ਜਾਣਕਾਰੀ ਹੈ ਜਦੋਂ ਲਾਸਟ ਟਾਈਮ ਉਹਨਾਂ ਦੇ ਨਾਲ ਗੱਲ ਹੋਈ ਸੀ ਉਹ ਸ਼ੁਰੂ ਨਹੀਂ ਹੋਇਆ ਕੀ ਕਾਰਨ ਸੀ ਕਿ ਅੱਜ ਤੱਕ ਇਹਨਾਂ ਨੂੰ ਕਾਰਨ ਵੀ ਨਹੀਂ ਦੱਸਿਆ ਇਹਨਾਂ ਦੇ ਨਾਲ ਹੋਰ ਵੀ ਸੇ ਜਰਨਲਿਸਟ ਇੰਡੀਪੈਂਡੈਂਟ ਜਰਨਲਿਸਟ ਨਹੀਂ ਚਾਹੇ ਉਹ ਗਗਨਦੀਪ ਸਿੰਘ ਸੀ ਚਾਹੇ ਉਹ ਸੰਦੀਪ ਸਿੰਘ ਸੀ ਇਹਨਾਂ ਦੇ ਵੀ ਟਵਿੱਟਰ ਅਕਾਊਂਟ ਬੰਦ ਕਰਤੇ ਕੀ ਕਾਰਨ ਇਹਨਾਂ ਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਇਹ ਆਪਣਾ ਕੰਮ ਕਰਦੇ ਨੇ ਇਹ ਆਪਣੀ ਪੱਤਰਕਾਰੀ ਕਰਦੇ ਨੇ ਤੇ ਜਾਂ ਤੁਹਾਡੇ ਕੋਲ ਕੋਈ ਵੈਲਿਡ ਰੀਜ਼ਨ ਆ ਤਾਂ ਫਿਰ ਤਾਂ ਇਹਨਾਂ ਤੇ ਕਾਰਵਾਈ ਕਰੋ ਇਸ ਤੋਂ ਇਲਾਵਾ ਤੁਸੀਂ ਦੇਖੋ ਹੁਣ ਜੇ ਆਪਾਂ ਤਾਜ਼ਾ ਤਰੀਨ ਹਾਲਾਤ ਦੇਖੀਏ ਤੇ 6 ਮਹੀਨਿਆਂ ਨੂੰ ਲਗਭਗ ਹਜੇ 1 ਮਹੀਨਾ ਪੂਰਾ ਵੀ ਨਹੀਂ ਹੋਇਆ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਭਾਵਨਾ ਕਿਸ਼ੋਰ ਟਾਈਮਜ਼ ਨਾਊ ਦੀ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਸੀ ਔਰ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਇੰਟਰਵੈਂਸ਼ਨ ਕਰਕੇ ਉਸ ਪੱਤਰਕਾਰ ਨੂੰ ਛੱਡਿਆ ਗਿਆ 80000 ਰੁਪਏ ਦਾ ਉਹਨੂੰ ਸ਼ਿਓਰਟੀ ਬਾਂਡ ਭਰਨਾ ਪਿਆ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਏਜੀ ਮਸੀਹ ਨੇ ਜੋ ਟਿੱਪਣੀਆਂ ਕੀਤੀਆਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਹੁਣ ਜਵਾਬ ਵੀ ਮੰਗਿਆ ਔਰ 21 ਜੁਲਾਈ ਨੂੰ ਉਹ ਪੰਜਾਬ ਸਰਕਾਰ ਜਵਾਬ ਦੇਗੀ ਉਹਦਾ ਕਿ ਇਹਨਾਂ ਨੇ ਭਾਵਨਾ ਕਿਸ਼ੋਰ ਨੂੰ ਉਹਨਾਂ ਦੇ ਕੈਮਰਾਮੈਨ ਸੀ ਮ੍ਰਿਤਿੰਜ ਕੁਮਾਰ ਉਹਨਾਂ ਨੂੰ ਕਿਉਂ ਫੜਿਆ ਉਹਨਾਂ ਦੇ ਡਰਾਈਵਰ ਸੀ ਪਰਮਿੰਦਰ ਸਿੰਘ ਉਹਨਾਂ ਨੂੰ ਕਿਉਂ ਫੜਿਆ ਮੇਰਾ ਕਹਿਣ ਦਾ ਭਾਵਾ ਲੇਕਿਨ ਉਸ ਵਕਤ ਪ੍ਰੈਸ ਨੇ ਇੱਕ ਜੁਟਤਾ ਦਿਖਾਈ ਸੀ ਚੰਡੀਗੜ੍ਹ ਪ੍ਰੈਸ ਕਲੱਬ ਤੋਂ ਉਸ ਵਕਤ ਸਟੇਟਮੈਂਟ ਵੀ ਆਈ ਸੀ ਇਸੇ ਤਰ੍ਹਾਂ ਜਦੋਂ ਮੈਂ ਜਗਤਾਰ ਸਿੰਘ ਸਿੱਧੂ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਤਾਂ ਬਿਲਕੁਲ ਇਹ ਵੀ ਦੱਸਿਆ ਕਹਿੰਦੇ ਜੀ ਪਿਛਲੇ ਲਗਭਗ ਡੇਢ ਮਹੀਨੇ ਤੋਂ ਸਾਡਾ YouTube ਚੈਨਲ ਆ ਗਲੋਬਲ ਪੰਜਾਬ TV ਕਹਿੰਦੇ ਨੇ ਉਹਨੂੰ ਉਹ ਕਹਿੰਦੇ ਡੇਢ ਮਹੀਨੇ ਤੋਂ ਤਾਂ Facebook ਅਕਾਊਂਟ ਵੀ ਸਾਡਾ ਬੰਦ ਪਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਇਹ ਕਿਹਨੇ ਬੰਦ ਕੀਤਾ ਕਹਿੰਦੇ ਜੀ ਸਿਰਫ ਇੰਨਾ ਲਿਖਿਆ ਹੈ ਕਿ ਸਰਕਾਰ ਨੇ ਸਾਨੂੰ ਕਿਹਾ ਕਿ ਬੰਦ ਕਰ ਦਿਓ ਇਹ ਵੀ ਨਹੀਂ ਪਤਾ ਕਿ ਉਹ ਕੇਂਦਰ ਸਰਕਾਰ ਆ ਜਾਂ ਸੂਬਾ ਸਰਕਾਰ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਹੋਣਗੀਆਂ ਜਦੋਂ ਪਤਾ ਲੱਗੇਗਾ ਕਿ ਜਰਨਲਿਸਟ ਸਾਰੇ ਇਕੱਠੇ ਨਹੀਂ ਆ ਤਾਂ ਫਿਰ ਇਹ ਜਿਹੜੇ ਸਰਕਾਰਾਂ ਨੇ ਕਿਉਂਕਿ ਇਹਨਾਂ ਨੂੰ ਤਾਂ ਚਾਹੀਦਾ ਹੁੰਦਾ ਤੁਸੀਂ ਇਹ ਵੀ ਦੇਖੋ ਕਿ ਇਹ ਜਰਨਲਿਸਟ ਦੀਆਂ ਪੱਤਰਕਾਰਾਂ ਦੀਆਂ ਬਾਹਾਂ ਕਿਦਾਂ ਮਰੋੜਦੀਆਂ ਨੇ ਮੈਂ ਬਰਜਿੰਦਰ ਸਿੰਘ ਹਮਦਰ ਤੇ ਬਾਤ ਚਾਹਾਂਗਾ ਕਦੇ ਇਹ ਅੰਗਰੇਜ਼ੀ ਪੇਪਰਾਂ ਦੀਆਂ ਕਿੰਨੇ ਪੇਪਰਸ ਨੇ ਕਹਿੰਦੇ ਉਹਨਾਂ ਦੇ ਇਸ਼ਤਿਹਾਰ ਬੰਦ ਕਰ ਦਿੰਦੇ ਨੇ ਆ ਬਰਜਿੰਦਰ ਸਿੰਘ ਹਮਦਰ ਦੇ ਵੀ ਤਾਂ ਪਹਿਲਾਂ ਇਸ਼ਤਿਹਾਰ ਹੀ ਬੰਦ ਕੀਤੇ ਗਏ ਸੀ ਜਦੋਂ ਲੱਗਾ ਕਿ ਇਹਨਾਂ ਨੂੰ ਇਸ਼ਤਿਹਾਰਾਂ ਤੇ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਇਹਨਾਂ ਨੇ ਵਿਜੀਲੈਂਸ ਬਿਊਰੋ ਦੀ ਜਾਂਚ ਸ਼ੁਰੂ ਕਰਤੀ ਇੱਕ ਗੱਲ ਇੱਥੇ ਜ਼ਰੂਰ ਮੈਂ ਕਹਿਣਾ ਚਾਹੂੰਗਾ ਹੋ ਸਕਦਾ ਬਰਜਿੰਦਰ ਸਿੰਘ ਹਮਦਰ ਦੇ ਖਿਲਾਫ ਜੋ ਦੋਸ਼ ਲੱਗੇ ਨੇ ਕੱਲ ਨੂੰ ਜੇ ਵਿਜੀਲੈਂਸ ਬਿਊਰੋ ਉਹਨਾਂ ਦੋਸ਼ਾਂ ਨੂੰ ਸਾਬਿਤ ਕਰਨ ਦੇ ਵਿੱਚ ਕਾਮਯਾਬ ਹੁੰਦਾ ਤੇ ਫਿਰ ਪ੍ਰੈਸ ਨੂੰ ਇਹ ਵੀ ਕੰਡੈਮਨ ਕਰਨਾ ਚਾਹੀਦਾ ਪਰ ਜਿੰਨੀ ਦੇਰ ਤੱਕ ਇਹ ਚੀਜ਼ਾਂ ਨਹੀਂ ਹੁੰਦੀਆਂ ਕੇਵਲ ਕੇਵਲ ਤੁਸੀਂ ਆਪਟਿਕਸ ਬਣਾ ਕੇ ਸਾਹਮਣੇ ਪੇਸ਼ ਕਰ ਦਿਓ ਜਾਂ ਇਸ ਤਰ੍ਹਾਂ ਪੇਸ਼ ਕਰਦੇ ਨੇ ਕਿ ਇਹ ਕੋਈ ਦੋਸ਼ੀ ਆ ਤੇ ਫੇਰ ਮੈਨੂੰ ਲੱਗਦਾ ਪ੍ਰੈਸ ਨੂੰ ਖੜਾ ਹੋਣਾ ਚਾਹੀਦਾ ਕਿਉਂਕਿ ਨਹੀਂ ਤਾਂ ਜੋ ਹਾਲਾਤ ਨੇ ਪੂਰੇ ਭਾਰਤ ਦੇ ਵਿੱਚ ਕੀ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਬਾਰ-ਬਾਰ ਤੁਹਾਡੇ ਸਾਹਮਣੇ ਆਉਂਦੀਆਂ ਨੇ ਤੇ ਫੇਰ ਤੁਹਾਨੂੰ ਲੱਗਦਾ ਕਿ ਪ੍ਰੈਸ ਦੀ ਇੱਕ ਜੁਟਤਾ ਤਾਂ ਹੋਰ ਵੀ ਬਹੁਤ ਜ਼ਰੂਰੀ ਆ ਇਹੀ ਕਾਰਨ ਆ ਕਿ ਭਾਰਤ 180 ਮੁਲਕਾਂ ਦੇ ਵਿੱਚੋਂ 161ਵੇਂ ਨੰਬਰ ਤੇ ਚਲਾ ਗਿਆ ਲਗਾਤਾਰ ਭਾਰਤ ਦੀ ਜਿਹੜੀ ਪੋਜੀਸ਼ਨ ਆ ਉਹ ਪੱਤਰਕਾਰੀ ਦੇ ਵਿੱਚ ਇਹਨਾਂ ਕਾਰਨਾਂ ਕਰਕੇ ਡਿੱਗ ਰਹੀ ਆ ਔਰ ਇੱਕ ਗੱਲ ਹੋਰ ਤੁਸੀਂ ਦੇਖੋ ਕਿ ਇਹ ਸਰਕਾਰਾਂ ਬਾਹ ਮਰੋੜਦੀਆਂ ਕਿਸ ਤਰ੍ਹਾਂ ਨੇ ਇਹ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਤਾਂ ਇਸ਼ਤਿਹਾਰ ਬੰਦ ਕਰ ਦਿੰਦੀਆਂ ਨੇ ਤੇ ਜਦੋਂ ਇਹ ਜਿਹੜੇ ਲੋਕ ਨੇ ਚਲੇ ਜਾਂਦੇ ਨੇ ਕੋਈ ਵੀ ادارے ਕਿ ਠੀਕ ਹੈ ਜੀ ਸਾਡੇ ਤਾਂ ਇਸ਼ਤਿਹਾਰ ਖੋਲ ਦੋ ਤੇ ਫੇਰ ਮੈਨੂੰ ਤਾਂ ਲੱਗਦਾ ਕਿ Indian Express ਨੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਉਹਨਾਂ ਦੀ ਬਹੁਤ ਜ਼ਿਆਦਾ ਸਰਕੂਲੇਸ਼ਨ ਨਹੀਂ ਆ ਬਹੁਤ ਜ਼ਿਆਦਾ ਉਹਨਾਂ ਕੋਲ ਇਸ਼ਤਿਹਾਰ ਨਹੀਂ ਬਲਕਿ ਉਹਨਾਂ ਨੇ ਆਪਣੀ FD ਕਰਾ ਕੇ ਕਨਸੋਲੀਡੇਟ ਅਮਾਉਂਟ ਦੀ ਰੱਖ ਲਈ ਤਾਂ ਕਿ ਉਸ ਤੋਂ ਗੁਜ਼ਾਰਾ ਕਰ ਸਕیں ਤਨਖਾਹਾਂ ਦੇ ਸਕੀਏ ਆਪਣੇ ਸਟਾਫ ਨੂੰ ਪਰ ਕਦੇ ਵੀ ਉਹਨਾਂ ਨੇ ਜਾ ਕੇ ਗੋਡੇ ਨਹੀਂ ਟੇਕੇ ਹਾਂ ਕੋਈ ਇੱਕਾ ਦੁੱਕਾ ਇਨਸੀਡੈਂਟ ਕਿਸੇ ਹੋਰ ਅਖਬਾਰਾਂ ਨਾਲ ਹੋ ਸਕਦੇ ਨੇ ਸੋ ਇਹ ਜ਼ਰੂਰੀ ਆ ਕਿ ਪਹਿਲਾਂ ਤਾਂ ਪ੍ਰੈਸ ਆਪਣਾ ਫਰਜ਼ ਸਮਝੇ ਆਪਣਾ ਮਕਸਦ ਸਮਝੇ ਤੇ ਫਿਰ ਉਸ ਮਕਸਦ ਲਈ ਉਹ ਜਿੰਨੀ ਦੇਰ ਤੱਕ ਖੜੀ ਨਹੀਂ ਹੋਊਗੀ ਤੇ ਸਰਕਾਰਾਂ ਉਹਨਾਂ ਨੂੰ ਇਸੇ ਤਰ੍ਹਾਂ ਐਕਸਪਲੋਇਟ ਕਰਦੇ ਰਹਿਣਗੀਆਂ ਹੁਣ ਬਰਜਿੰਦਰ ਸਿੰਘ ਹਮਦਰਦ ਤੇ ਆਉਨੇ ਆ ਬਰਜਿੰਦਰ ਸਿੰਘ ਹਮਦਰਦ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਉਹ ਤਾਂ ਠੀਕ ਆ ਕਿ ਉਹ ਜੇ ਕੇਸ ਹੁੰਦਾ ਤੇ ਜ਼ਰੂਰ ਉਹਨਾਂ ਤੇ ਤੁਸੀਂ ਕਾਰਵਾਈ ਕਰੋ ਜਾਂ ਉਸ ਨੂੰ ਲੌਜੀਕਲ ਐਂਡ ਜਾਂ ਉਹਨੂੰ ਕਿਸੇ ਨਤੀਜੇ ਤੇ ਲੈ ਕੇ ਜਾਓ ਪਰ ਇਸ ਤਰ੍ਹਾਂ ਕਰਨਾ ਕਿਉਂਕਿ ਇਵਨ ਕੀ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੇ ਵੀ ਇਸ ਤੇ ਕਿਹਾ ਕਿ ਇਸ ਤਰ੍ਹਾਂ ਤੁਸੀਂ ਕਿਉਂਕਿ ਉਹ ਆਪ ਵੀ ਕਿਸੇ ਟਾਈਮ ਪੱਤਰਕਾਰ ਰਹੇ ਨੇ ਕਹਿੰਦੇ ਇਸ ਤਰ੍ਹਾਂ ਪੱਤਰਕਾਰਾਂ ਨੂੰ ਡਰਾਉ ਨਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਕਰੋ ਤੇ ਗੱਲ ਹੁਣ ਨਾਲ ਹੀ ਕਰਦੇ ਆ ਉਸ ਨਵਜੋਤ ਸਿੰਘ ਸਿੱਧੂ ਦੇ ਵੀਡੀਓ ਦੀ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਏ ਦੀ ਉਹ ਜਿਹੜੀ ਜਫੀ ਆ ਬਹੁਤ ਸਾਰੇ ਲੋਕ ਸੋਚਦੇ ਆ ਕਿ ਦੱਸੋ ਇਹਦਾ ਮਤਲਬ ਕੀ ਆ ਦੇਖੋ ਇਹ ਉਹ ਵਿਅਕਤੀ ਨੇ ਚਾਹੇ ਨਵਜੋਤ ਸਿੰਘ ਸਿੱਧੂ ਤੇ ਚਾਹੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਜਦੋਂ ਸਿਆਸਤ ਆਪਣੀ ਸ਼ੁਰੂ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੁੰਦੇ ਆ ਤੇ ਵਿਕਰਮ ਸਿੰਘ ਮਜੀਠੀਆ ਸ਼ੁਰੂਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਆ ਦੋਨਾਂ ਦਾ ਆਪਸ ਦੇ ਵਿੱਚ ਗੱਠ ਜੋੜ ਹੁੰਦਾ ਅਕਸਰ ਇੱਕ ਇੱਕ ਗੱਡੀ ਦੇ ਵਿੱਚ ਇਕੱਠੇ ਟਰੈਵਲ ਵੀ ਕਰਦੇ ਆ ਆਪਸ ਦੇ ਵਿੱਚ ਸਾਂਝ ਵੀ ਹੁੰਦੀ ਆ ਪਰ ਅਚਾਨਕ ਇਹ ਦੋਨੇ ਇੱਕ ਦੂਸਰੇ ਤੇ ਦੋਸ਼ ਲਾਉਣ ਲੱਗ ਜਾਂਦੇ ਆ ਜਦੋਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਵਜੋਤ ਸਿੰਘ ਸਿੱਧੂ ਛੱਡ ਜਾਂਦੇ ਨੇ ਤੇ ਆ ਕੇ ਜੁਆਇਨ ਕਰ ਲੈਂਦੇ ਨੇ ਪਹਿਲਾਂ ਤੋਂ ਇਕੱਲੇ ਹੀ ਰਹਿ ਜਾਂਦੇ ਨੇ ਪਹਿਲਾਂ ਉਸ ਤੋਂ ਤੇ ਉਸ ਤੋਂ ਬਾਅਦ ਇਹ ਖਰ ਕਾਂਗਰਸ ਜੁਆਇਨ ਕਰ ਲੈਂਦੇ ਨੇ ਹਮਲੇ ਤਿੱਖੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਦੋਨੇ ਜਾਣੇ ਚੋਣ ਵੀ ਲੜਦੇ ਨੇ ਚੋਣ ਲੜਦੇ ਨੇ ਅੰਮ੍ਰਿਤਸਰ ਈਸ ਤੋਂ ਤੇ ਦੋਨੇ ਹਾਰ ਜਾਂਦੇ ਨੇ ਇਸ ਤੋਂ ਬਾਅਦ ਇਹ ਦੋਨੇ ਜੇਲ੍ਹ 'ਚ ਵੀ ਜਾਂਦੇ ਨੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਜੇਲ੍ਹ ਘਟ ਕੇ ਆਉਂਦੇ ਨੇ ਤੇ ਬਾਅਦ ਤੇ ਨਵਜੋਤ ਸਿੰਘ ਸਿੱਧੂ ਵੀ ਜਾਂਦੇ ਨੇ ਤੇ ਜਦੋਂ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਦੋਨਾਂ ਨੂੰ ਪਤਾ ਲੱਗਦਾ ਨਾ ਤਾਂ ਵਿਕਰਮ ਸਿੰਘ ਮਜੀਠੀਆ ਐਮਐਲਏ ਰਹਿੰਦੇ ਨੇ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਜਦ ਕਦੇ ਆਪਣੀ ਚੋਣ ਨਹੀਂ ਸੀ ਹਾਰੇ ਨਾ ਉਹ ਐਮਐਲਏ ਰਹਿੰਦੇ ਨੇ ਤੇ ਨਾ ਹੀ ਉਹ ਕਾਂਗਰਸ ਦੇ ਪ੍ਰਧਾਨ ਰਹਿੰਦੇ ਨੇ ਇਸ ਤੋਂ ਬਾਅਦ ਲੱਗਦਾ ਕਿ ਦੋਨਾਂ ਦੀ ਜਿਹੜੀ ਰਾਜਨੀਤੀ ਆ ਸਿਆਸਤ ਆ ਉਹ ਲਗਭਗ ਹਾਸ਼ੀਏ ਤੇ ਖੜੀ ਆ ਹਾਲਾਂਕਿ ਕੁਝ ਲੋਕ ਇਸ ਨਾਲ ਸਹਿਮਤ ਨਹੀਂ ਹੁੰਦੇ ਉਹਨਾਂ ਨੂੰ ਲੱਗਦਾ ਕਿ ਨਹੀਂ ਦੋਨਾਂ ਦੀ ਰਾਜਨੀਤੀ ਹਜੇ ਵੀ ਅੱਗੇ ਜਾਏਗੀ ਇਹ ਵੀ ਗੱਲ ਠੀਕ ਆ ਕਿ ਤੁਸੀਂ ਜਿਹੜੇ ਸਿਆਸਤਦਾਨ ਹੁੰਦੇ ਨੇ ਉਹਨਾਂ ਨੂੰ ਕਦੇ ਰਾਈਟ ਆਫ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਦੇ ਕਰ ਸਕਦੇ ਕਦੋਂ ਉਹਨਾਂ ਨੇ ਜੰਪ ਮਾਰ ਕੇ ਗੇਨ ਕਰ ਜਾਣਾ ਜਾਂ ਕਦੋਂ ਉਹਨਾਂ ਨੇ ਆਪਣਾ ਸਿਆਸੀ ਕਦਮ ਵਧਾ ਲੈਣਾ ਇਹ ਕੋਈ ਸਮੇਂ ਦਾ ਪਤਾ ਨਹੀਂ ਲੱਗਦਾ ਪਰ ਉਸ ਸਿਆਸੀ ਜੱਫੀ ਨੂੰ ਤੁਸੀਂ ਇਸ ਤਰ੍ਹਾਂ ਸਮਝੋ ਕਈ ਲੋਕ ਤਾਂ ਇਹ ਕਹਿੰਦੇ ਨਹੀਂ ਕਿ ਇਦਾਂ ਲੱਗਦਾ ਜਿਵੇਂ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਹੋਵੇ ਦੋਨੇ ਇੱਕ ਦੂਸਰੇ ਨੂੰ ਕਿਤੇ ਇਹ ਤਾਂ ਨਹੀਂ ਲੱਭ ਰੇ ਕਿ ਸ਼ਾਇਦ ਇੱਕ ਦੂਸਰੇ ਦਾ ਸਹਾਰਾ ਮਿਲ ਜੂ ਤੇ ਸਾਡੀ ਜਿਹੜੀ ਸਿਆਸਤ ਉਹ ਚਮਕ ਜੂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਆ ਉਹ ਹੈ ਕਿ ਜਿਸ ਮੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ ਵੀ ਬੈਠੇ ਹੁੰਦੇ ਆ ਔਰ ਉਸੇ ਮੰਚ ਤੇ ਵਿਕਰਮ ਸਿੰਘ ਮਜੀਠੀਆ ਵੀ ਹੁੰਦੇ ਆ ਬਰਜਿੰਦਰ ਸਿੰਘ ਤਾਂ ਹੁੰਦੇ ਹੀ ਆ ਔਰ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰ ਰਹੇ ਹੁੰਦੇ ਆ ਤੇ ਫਿਰ ਮੈਨੂੰ ਕਮਰ ਸੰਧੂ ਵੀ ਯਾਦ ਆ ਜਾਂਦੇ ਆ ਕਮਰ ਸੰਧੂ ਦੀ ਉਹ ਸਾਲ 2012 ਦੀ ਉਹ ਪ੍ਰੈਸ ਕਾਨਫਰੰਸ ਜਿਸ ਵਿੱਚ ਉਹਨਾਂ ਨੇ ਇਲਜ਼ਾਮ ਇਹਨਾਂ ਤੇ ਲਾਏ ਸੀ ਕਹਿੰਦੇ ਇਹਨਾਂ ਕਰਕੇ ਜਿਹੜਾ ਸਾਡਾ ਚੈਨਲ ਆ ਉਹ ਅਕਸਰ ਬਲੈਕਆਊਟ ਕਰ ਦਿੱਤਾ ਜਾਂਦਾ ਜਾਂ ਉਹਨੂੰ ਮਿਊਟ ਕਰ ਦਿੱਤਾ ਜਾਂਦਾ ਕੀ ਹੁਣ ਕਿਸੇ ਤਰ੍ਹਾਂ ਦਾ ਕੋ ਚੇਂਜ ਆਫ ਹਾਰਟ ਹੋ ਗਿਆ ਜਾਂ ਕੋਈ ਜਿਹੜਾ ਦਿਲ ਪਰਵਰਤਨ ਹੋ ਗਿਆ ਜਾਂ ਸੋਚ ਦੇ ਵਿੱਚ ਕਿਸੇ ਤਰ੍ਹਾਂ ਦਾ ਪਰਵਰਤਨ ਆ ਗਿਆ ਕਿ ਪ੍ਰੈਸ ਦੀ ਆਜ਼ਾਦੀ ਦੀ ਹੁਣ ਗੱਲ ਕਰਨ ਲੱਗ ਗਏ ਆ ਕਿਉਂਕਿ ਅਕਸਰ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਉਦੋਂ ਤਾਂ ਪ੍ਰੈਸ ਦੀ ਆਜ਼ਾਦੀ ਦੀ ਬਹੁਤ ਗੱਲ ਕਰਦੀਆਂ ਨੇ ਪਰ ਜਿੱਦਾਂ ਹੀ ਉਹ ਸੱਤਾ ਚ ਆਉਂਦੀਆਂ ਬਿਲਕੁਲ ਉਹਨਾਂ ਦਾ ਰਵੱਈਆ ਬਦਲ ਜਾਂਦਾ ਕਿਤੇ ਇੱਥੇ ਵੀ ਉਸੇ ਤਰ੍ਹਾਂ ਤਾਂ ਨਹੀਂ ਹੋ ਜਾਊਗਾ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਬੀਤੇ ਕੱਲ ਯਾਨੀ ਕਿ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰੀਅਰੇਟ ਦੇ ਵਿੱਚ ਕੁਝ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਉਸ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਲਾਲਚੰਦ ਘਟਾਰੂਚੱਕ ਬਾਰੇ ਲਾਲਚੰਦ ਘਟਾਰੂਚੱਕ ਫੂਡ ਐਂਡ ਸਿਵਲ ਸਪਲਾਈਜ਼ ਦੇ ਮੰਤਰੀ ਪੰਜਾਬ ਕੈਬਨਿਟ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਇਸ ਕੈਬਨਿਟ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਤਾਂ ਲਾਲਚੰਦ ਘਟਾਰੂਚੱਕ ਨੂੰ ਹੋਣਾ ਹੀ ਨਹੀਂ ਚਾਹੀਦਾ ਬਲਕਿ ਉਹਨਾਂ ਨੂੰ ਤਾਂ ਜਦੋਂ ਬੀਤੇ ਬੁੱਧਵਾਰ ਕੈਬਨਿਟ ਦੀ ਐਕਸਪੈਂਸ਼ਨ ਹੋ ਰਹੀ ਸੀ ਉਸੇ ਟਾਈਮ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਸੀ ਔਰ ਇਹ ਗੱਲ ਬਨਵਾਰੀ ਲਾਲ ਪ੍ਰੋਹਿਤ ਨੇ ਪੂਰੇ 1 ਮਹੀਨੇ ਬਾਅਦ ਕਹੀ ਆ 1 ਮਹੀਨਾ ਤੁਹਾਨੂੰ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਕੋਲੇ 1 ਮਈ ਨੂੰ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਪੁਲੱਤ ਤੋਂ ਐਮਐਲਏ ਗਏ ਸੀ ਉਹ ਮਟੀਰੀਅਲ ਲੈ ਕੇ ਡਿਜੀਟਲ ਫਾਰਮ ਦੇ ਵਿੱਚ ਉਹਨਾਂ ਨੇ ਸੀਡੀ ਸੀ ਪੈਨ ਡਰਾਈਵ ਸੀ ਉਹ ਲੈ ਕੇ ਗਏ ਸੀ ਤੇ ਉਹਨਾਂ ਨੇ ਬਨਵਾਰੀ ਲਾਲ ਪ੍ਰੋਹਿਤ ਨੂੰ ਇਹ ਕਹਿ ਕੇ ਉਹ ਮੈਟਰ ਦਿੱਤਾ ਸੀ ਜਾਂ ਮਟੀਰੀਅਲ ਦਿੱਤਾ ਸੀ ਕਿ ਤੁਸੀਂ ਇਹਦੀ ਫੋਰੈਂਸਿਕ ਜਾਂਚ ਕਰਾਓ ਤੇ ਜੇ ਫੋਰੈਂਸਿਕ ਜਾਂਚ ਠੀਕ ਨਿਕਲੇ ਫੇਰ ਉਸ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਉਸ ਵਕਤ ਤੱਕ ਉਹਨਾਂ ਨੇ ਨਾਮ ਵੀ ਨਹੀਂ ਸੀ ਦੱਸਿਆ ਇਹ ਤਾਂ ਬਾਅਦ ਸਾਨੂੰ ਪਤਾ ਲੱਗਾ ਕਿ ਉਸ ਵਿਅਕਤੀ ਦਾ ਨਾਮ ਲਾਲਚੰਦ ਘਟਾਰੂ ਚੱਕਾ ਤੇ ਬਨਵਾਰੀ لال ਪ੍ਰੋਹਿਤ ਨੇ ਵੀ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਉਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਉਹ ਸਾਰਾ ਜਿਹੜਾ ਮਟੀਰੀਅਲ ਸੀ ਜਾਂ ਡਿਜੀਟਲ ਫਾਰਮ ਦੇ ਵਿੱਚ ਆਇਆ ਸੀ ਉਹ ਚੰਡੀਗੜ੍ਹ ਪੁਲਿਸ ਨੂੰ ਭੇਜਤਾ ਚੰਡੀਗੜ੍ਹ ਪੁਲਿਸ ਨੇ ਰਿਪੋਰਟ ਵਾਪਸ ਭੇਜ ਕੇ ਦੱਸਤਾ ਥੋੜੇ ਦਿਨਾਂ ਦੇ ਵਿੱਚ ਹੀ ਬਲਕਿ ਉਹਨਾਂ ਨੇ 6 ਮਹੀਨਿਆਂ ਹੀ ਦੱਸਤਾ ਸੀ ਕਿ ਇਹ ਬਿਲਕੁਲ ਠੀਕ ਆ ਇਹਦੇ ਵਿੱਚ ਕੁਝ ਵੀ ਫੇਕ ਨਹੀਂ ਹੈ ਮੋਰਫ ਨਹੀਂ ਹੈ ਇਹ ਤੇ ਇਹਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਜਿਹਨੂੰ ਆਪਾਂ ਇਹ ਕਰੀਏ ਕਿ ਇਹ ਜਿਹੜੀ ਸੀਡੀ ਜਾਂ ਮਟੀਰੀਅਲ ਆ ਉਹ ਡਾਕਟਰਡ ਆ ਜਦੋਂ ਇਹ ਸਾਰਾ ਕੁਝ ਆ ਗਿਆ ਤੇ ਫਿਰ ਬਨਵਾਰੀ لال ਪ੍ਰੋਹਿਤ ਕਹਿੰਦੇ ਕਿ ਉਸ ਤੇ ਕਾਰਵਾਈ ਕਿਉਂ ਨਹੀਂ ਹੋਈ ਕਿਉਂਕਿ ਉਹਨਾਂ ਨੇ ਉਹ ਸਾਰੇ ਦਾ ਸਾਰਾ ਮਟੀਰੀਅਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਤਾ ਸੀ ਪਰ ਉਹ ਤਾਂ ਬੈਠੇ ਰਹੇ ਬੈਠੇ ਰਹੇ ਲੇਕਿਨ ਉਸ ਤੋਂ ਬਾਅਦ ਜਿੰਨੀ ਦੇਰ ਤੱਕ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ ਉਹਨਾਂ ਦਾ ਫਰਮਾਨ ਨਹੀਂ ਆਇਆ ਜਾਂ ਉਹਨਾਂ ਦਾ ਉੱਤੇ ਆਰਡਰ ਨਹੀਂ ਹੈ ਤਾਂ ਜਾ ਕੇ ਪੰਜਾਬ ਸਰਕਾਰ ਹਿੱਲੀ ਆ ਨਹੀਂ ਤਾਂ ਇਹ ਤਾਂ ਸੌਂਗੇ ਸੀ ਤੇ ਫਿਰ ਇਹੀ ਕਾਰਨ ਆ ਕਿ ਕਿਉਂ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੂੰ ਬਾਰ-ਬਾਰ ਇੰਟਰਫੀਅਰ ਕਰਨਾ ਪੈਂਦਾ ਔਰ ਦੱਸਣਾ ਪੈਂਦਾ ਕਿ ਤੁਹਾਡਾ ਕੀ ਕੰਮ ਆ ਤੁਸੀਂ ਐਸਆਈਟੀ ਜਿਹੜੀ ਬਣਾਈ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਡੀਆਈਜੀ ਨਰਿੰਦਰ ਭਾਰਗਵ ਦੇ ਅਧੀਨ ਉਹ ਕਿਹੜਾ ਕੋਈ ਕੰਮ ਕਰ ਰਹੀ ਆ ਉਹ ਵੀ ਲਗਾਤਾਰ ਇਹ ਬਹਾਨੇ ਮਾਰ ਰਹੀ ਹੈ ਕਿ ਦੇਖੋ ਜੀ ਸਾਨੂੰ ਉਹ ਜਿਹੜਾ ਪੀੜਤ ਮੁੰਡਾ ਉਹਦੀ ਸਟੇਟਮੈਂਟ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਆਪਣੀ ਕਾਰਵਾਈ ਨੂੰ ਅੱਗੇ ਨਹੀਂ ਵਧਾ ਰਹੇ ਖੈਰ ਇਹ ਤਾਂ ਗੱਲ ਸਾਡੀ ਪਹਿਲਾਂ ਹੋ ਚੁੱਕੀ ਆ ਪਰ ਇਥੇ ਤੁਸੀਂ ਇਹ ਅੰਦਾਜ਼ਾ ਲਾਓ ਕਿ ਪੰਜਾਬ ਸਰਕਾਰ ਇਸ ਕੇਸ ਨੂੰ ਕਿਸੇ ਲੌਜੀਕਲ ਐਂਡ ਤੱਕ ਲੈ ਕੇ ਨਹੀਂ ਜਾਣਾ ਚਾਹੁੰਦੀ ਇਹਦਾ ਕੋਈ ਨਤੀਜਾ ਹੀ ਨਹੀਂ ਕੱਢਣਾ ਚਾਹੁੰਦੀ ਇਸੇ ਕਰਕੇ ਹੁਣ ਪੰਜਾਬ ਦੇ ਗਵਰਨਰ ਨੂੰ ਇੰਟਰਫੇਅਰ ਕਰਨਾ ਪੈ ਰਿਹਾ ਉਹਨਾਂ ਨੂੰ ਬੋਲਣਾ ਪੈ ਰਿਹਾ ਤੇ ਜਦੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਬੋਲਦੇ ਆ ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਰੌਲਾ ਪਾਉਂਦੀ ਆ ਕਹਿੰਦੇ ਜੀ ਦੇਖੋ ਇਹ ਤਾਂ ਇੰਟਰਫੇਅਰ ਕਰ ਰਹੇ ਨੇ ਤੇ ਜੇ ਤੁਹਾਡੀ ਸਰਕਾਰ ਕੰਮ ਹੀ ਨਹੀਂ ਕਰੂਗੀ ਆਪਣਾ ਜਿਹੜਾ ਬੁਨਿਆਦੀ ਕੰਮ ਨਹੀਂ ਕਰੂਗੀ ਤੇ ਫਿਰ ਤਾਂ ਗਵਰਨਰ ਇੰਟਰਫੇਅਰ ਕਰਨਗੇ ਨਾ بار بار ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੂੰ ਕਿਉਂ ਇੰਟਰਫੇਅਰ ਕਰਨਾ ਪੈਂਦਾ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾਓ ਕਿ ਜਦੋਂ ਸਰਕਾਰ ਚੁਣੀ ਹੋਈ ਸਰਕਾਰ ਆਪਣੀ ਨਾਗਰਿਕਾਂ ਦੀ ਗੱਲ ਨਹੀਂ ਸੁਣਦੀ ਤੇ ਫਿਰ ਉਹ ਕਿਹਦੇ ਕੋਲ ਜਾਣ ਹੁਣ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਪੂਨਮ ਸਿੰਘ ਪੂਨਮ ਸਿੰਘ ਜਿਨ੍ਹਾਂ ਨੇ AIG ਅਸ਼ੀਸ਼ਪੁਰ ਤੇ ਕੇਸ ਕੀਤਾ ਹੋਇਆ ਸੀ ਉਹਨਾਂ ਦੇ ਖਿਲਾਫ ਕਸਟੋਡੀਅਲ ਰੇਪ ਯਾਨੀ ਕਿ ਜਦੋਂ ਉਹ ਹਿਰਾਸਤ ਦੇ ਵਿੱਚ ਸੀ ਤੇ AIG ਅਸ਼ੀਸ਼ਪੁਰ ਜਿਹੜਾ ਐਸ ਵਕਤ ਜੇਲ੍ਹ ਚ ਜਿਸ ਉਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਪਰਚਾ ਦਰਜ ਹੋ ਗਿਆ ਕਿ ਉਸ ਨੇ ਆਪਣੀ ਜਾਇਦਾਦ ਬਹੁਤ ਬਣਾਈ ਆ ਔਰ ਉਹ ਵੀ ਉਹਨਾਂ ਸੋਰਸੇਸ ਤੋਂ ਜਿਹੜੇ ਸੋਰਸੇਸ ਦੀ ਉਹ ਇਨਕਮ ਦੱਸ ਹੀ ਨਹੀਂ ਪਾ ਰਿਆ ਉਸ ਨੇ ਵੀ ਤੇ ਉਹਦੀ ਪਤਨੀ ਨੇ ਵੀ ਖੈਰ ਸਾਡਾ ਵਿਸ਼ਾ ਇਹ ਆ ਇਸਤੇ ਬਾਰ-ਬਾਰ ਕੰਪਲੇਂਟ ਕਰਨ ਦੇ ਬਾਵਜੂਦ ਕੇਸ ਨਹੀਂ ਰਜਿਸਟਰ ਹੋ ਰਿਹਾ ਆਖਿਰਕਾਰ ਪੂਨਮ ਸਿੰਘ ਦਸੰਬਰ 30 ਦਸੰਬਰ ਨੂੰ ਜਾਂਦੀ ਹੈ ਬਨਵਾਰੀ لال ਪ੍ਰੋਹਿਤ ਕੋਲੇ ਆਪਣੀ ਮਾਤਾ ਉਹਨਾਂ ਦੇ ਨਾਲ ਹੁੰਦੇ ਆ ਪ੍ਰੇਮਲਤਾ ਤੇ ਜਾ ਕੇ ਉਹਨਾਂ ਨੂੰ ਫਰਿਆਦ ਕਰਦੇ ਨੇ ਬਨਵਾਰੀ لال ਪ੍ਰੋਹਿਤ ਨੂੰ ਕਿ ਸਾਡਾ ਕੇਸ ਨਹੀਂ ਦਰਜ ਹੋਇਆ ਬਨਵਾਰੀ لال ਪ੍ਰੋਹਿਤ ਲਿਖਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਡੀਜੀਪੀ ਸਾਰਿਆਂ ਨੂੰ ਉਹ ਫੋਨ ਤੱਕ ਵੀ ਕਰ ਦਿੰਦੇ ਨੇ ਤੇ ਉਸੇ ਸ਼ਾਮ 30 ਦਸੰਬਰ ਸਾਲ 2022 ਨੂੰ ਪਰਚਾ ਦਰਜ ਹੋ ਜਾਂਦਾ ਹੁਣ ਤੁਸੀਂ ਆਪ ਦੱਸੋ ਕਿ ਜੇ ਇੱਕ ਨਾਗਰਿਕ ਨੂੰ ਇਸ ਤਰ੍ਹਾਂ ਦਾ ਕੋਈ ਨਿਆਹ ਆਪਣੀ ਸਰਕਾਰ ਤੋਂ ਨਾ ਮਿਲੇ ਤੇ ਫਿਰ ਉਹ ਕਿੱਥੇ ਜਾਵੇ ਔਰ ਤੁਸੀਂ ਇੱਕ ਚੀਜ਼ ਦੇਖੋ ਉਸ ਵੀਡੀਓ ਦਾ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੀ ਤੁਹਾਨੂੰ ਦਿਖਾਈ ਸੀ ਉਹ ਵਾਇਰਲ ਵੀ ਹੋਈ ਸੀ ਬਹੁਤ ਸਾਰੇ ਲੋਕਾਂ ਦੇ ਜਿਹਦੇ ਵਿੱਚ ਏ. ਜੀ. ਆਸ਼ੀਸ਼ ਕੁਪੂਰ ਪੂਨਮ ਸਿੰਘ ਨੂੰ ਕੁੱਟਦਾ ਮਾਰਦਾ ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ ਔਰ ਉਹ ਸਨ 2018 ਦੀ ਆ ਉਹ ਜਦੋਂ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੂਨਮ ਸਿੰਘ ਨੇ ਪੇਸ਼ ਕੀਤੀ ਉਹਦੀ ਬਾਅਦ ਦੇ ਵਿੱਚ ਫੋਰੈਂਸਿਕ ਲੈਬਾਰਟਰੀ ਤੋਂ ਰਿਪੋਰਟ ਵੀ ਆ ਗਈ ਆ 5 ਮਈ ਨੂੰ ਅੱਜ ਤੱਕ ਉਹਦਾ ਸੂ ਮੋਟੋ ਨੋਟਿਸ ਨਹੀਂ ਲਿਆ ਗਿਆ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਪੰਜਾਬ ਦੇ ਗਵਰਨਰ ਉਹਨਾਂ ਨੇ ਇੰਟਰਫੇਅਰ ਕੀਤਾ ਸੀ ਉਹਨਾਂ ਨੇ ਇੰਟਰਵਿਨ ਕੀਤਾ ਸੀ ਉਸ ਤੋਂ ਬਾਅਦ ਜਾ ਕੇ ਐਫ ਆਈ ਆਰ ਹੁੰਦੀ ਤੇ ਜੇ ਇੱਕ ਸਿੰਪਲ ਐਫ ਆਈ ਆਰ ਨਹੀਂ ਦਰਜ ਹੁੰਦੀ ਇੱਕ ਲੜਕੀ ਦੇ ਜਿਹੜਾ ਕਸਟੋਡੀਅਲ ਰੇਪ ਦਾ ਚਾਰਜ ਲਾ ਰਹੀ ਹੈ ਇੱਕ ਪੁਲਿਸ ਆਫੀਸਰ ਤੇ ਏ ਜੀ ਅਸ਼ੀਸ਼ ਖਪੂਰ ਤੇ ਤੁਸੀਂ ਉਸ ਤੋਂ ਬਿਹਤਰ ਅੰਦਾਜ਼ਾ ਲਾ ਸਕਦੇ ਹੋ ਪੰਜਾਬ ਦੇ ਕੀ ਹਾਲਾਤ ਨੇ ਤੇ ਪੰਜਾਬ ਦੀ ਸਰਕਾਰ ਚੱਲ ਕਿਵੇਂ ਰਹੀ ਆ ਇੱਕ ਹੋਰ ਉਦਾਹਰਨ ਵੀ ਤੁਹਾਨੂੰ ਮੈਂ ਦੇ ਦਿੰਦਾ ਇਹ ਉਦਾਹਰਨ ਵੀ ਦਸੰਬਰ ਦੇ ਸਾਲ 2022 ਦਾ ਜਦੋਂ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਉਹਨਾਂ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੇ ਅਚਾਨਕ ਹਟਾਤਾ ਔਰ ਜਿਸ ਵਕਤ ਹਟਾਇਆ ਗਿਆ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਵਿੱਚ ਸੀ ਉਹਨਾਂ ਨੂੰ ਦੱਸਿਆ ਵੀ ਗਿਆ ਔਰ ਹਟਾਇਆ ਇਸ ਕਰਕੇ ਗਿਆ ਸੀ ਕੁਲਦੀਪ ਸਿੰਘ ਚਾਹਲ ਨੂੰ ਜਿਹੜੇ ਐਸਐਸਪੀ ਸੀ ਉਹਨਾਂ ਦਾ ਮਿਸਕੰਡਕਟ ਦੀ ਗੱਲ ਕਹੀ ਗਈ ਸੀ ਕਿ ਇਹਨਾਂ ਦਾ ਬਹੁਤ ਗ੍ਰੇਵ ਬਹੁਤ ਸੀਰੀਅਸ ਸੰਜੀਦਾ ਮਿਸਕੰਡਕਟ ਆ ਯਾਨੀ ਕਿ ਇਹਨਾਂ ਨੇ ਕੁਝ ਠੀਕ ਨਹੀਂ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਹਟਾ ਕੇ ਚੰਡੀਗੜ੍ਹ ਤੋਂ ਤੇ ਭੇਜਿਆ ਗਿਆ ਵਾਪਸ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਕੈਡਰ ਦੇ ਸੀ ਪਰ ਤੁਸੀਂ ਦੇਖੋ ਉਸੇ ਪੰਜਾਬ ਸਰਕਾਰ ਨੇ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਉਹਨਾਂ ਦੇ ਮਹਿਕਮੇ ਨੇ ਕੁਲਦੀਪ ਸਿੰਘ ਚਾਲ ਤੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਉਹਨਾਂ ਨੂੰ ਪ੍ਰਮੋਟ ਕਰਤਾ ਪ੍ਰਮੋਟ ਕਰਕੇ ਡੀਏਜੀ ਬਣਾਤਾ ਡੀਏਜੀ ਬਣਾ ਕੇ ਉਸ ਤੋਂ ਬਾਅਦ ਜਲੰਧਰ ਦਾ ਕਮਿਸ਼ਨਰ ਲਾਤਾ ਤੇ ਜੇ ਤੁਸੀਂ ਕਾਰਵਾਈ ਕਰਨੀ ਨਹੀਂ ਇੱਕ ਆਮ ਨਾਗਰਿਕ ਐਫਆਈਆਰ ਨਹੀਂ ਦਰਜ ਕਰਾ ਸਕਦਾ ਜੇ ਕਿਸੇ ਪੁਲਿਸ ਅਫੀਸਰ ਦਾ ਮਿਸਕੰਡਕਟ ਹੁੰਦਾ ਉਹਨੂੰ ਤੁਸੀਂ ਪ੍ਰਮੋਟ ਕਰ ਦਿੰਨੇ ਹੋ ਜੇ ਤੁਹਾਡੇ ਮੰਤਰੀ ਦੇ ਖਿਲਾਫ ਕਿਸੇ ਤਰ੍ਹਾਂ ਦੇ ਕੋਈ ਹੀਨਸ ਚਾਰजेस ਨੇ ਜਾਂ ਉਹਨਾਂ ਨੇ ਕੋਈ ਸੈਕਸੁਅਲ ਐਕਸਪਲੋਇਟੇਸ਼ਨ ਕੀਤੀ ਹੈ ਸੈਕਸੁਅਲ ਮਿਸਕੰਡਕਟ ਕੀਤਾ ਉਹਨਾਂ ਨੂੰ ਤੁਸੀਂ ਮੰਤਰੀ ਮੰਡਲ ਚੋਂ ਕੱਢਦੇ ਨਹੀਂ ਤੇ ਫੇਰ ਲੋਕੀ ਤੁਹਾਡੀ ਸਰਕਾਰ ਨੂੰ ਕੀ ਕਹਿਣ ਤੇ ਜੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਉਸ ਚ ਇੰਟਰਫੇਅਰ ਕਰਦੇ ਨੇ ਜਾਂ ਇੰਟਰਵਿਨ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਤੁਹਾਨੂੰ ਨਸੀਹਤ ਦਿੰਦੇ ਨੇ ਤੇ ਫੇਰ ਤਾਂ ਉਹ ਗੱਲ ਗਲਤ ਵੀ ਨਹੀਂ ਲੱਗਦੀ ਕਿਉਂਕਿ ਤੁਸੀਂ ਆਪਣਾ ਕੰਮ ਕਰ ਹੀ ਨਹੀਂ ਰਹੇ ਅਫਰੀਦ ਅਫਰੋਜ਼ 21 ਸਾਲ ਦਾ ਮੁੰਡਾ ਜਿਹਦੀ ਮੈਂ ਤੁਹਾਨੂੰ ਗੱਲ ਦੱਸੀ ਸੀ ਪਟਿਆਲੇ ਦਾ ਰਹਿਣ ਵਾਲਾ ਚਾਹੇ ਕਿ ਇਹ ਪਿੱਛੋਂ ਜਿਹੜਾ ਪਰਿਵਾਰ ਆਉਂਦਾ ਉਹ ਗੁੜਗਾਉਂ ਦਾ ਪਰ ਇਹਦੀ ਜਿਹੜੀ ਪੜ੍ਹਾਈ ਲਿਖਾਈ ਆ ਮੁੱਢਲੀ ਪੜ੍ਹਾਈ ਲਿਖਾਈ ਖਾਸ ਤੌਰ ਤੇ ਪਹਿਲੀ ਤੋਂ ਲੈ ਕੇ 6ਵੀਂ ਤੱਕ ਇਸ ਸਨੌਰ ਤੋਂ ਹੋਈ ਆ ਸਨੌਰ ਤੋਂ ਬਾਅਦ ਉੱਥੇ ਹੀ ਆਰਮੀ ਪਬਲਿਕ ਸਕੂਲ ਆ ਪਟਿਆਲੇ ਦਾ ਉੱਥੋਂ ਪੜ੍ਹਾਈ ਕੀਤੀ ਆ ਤੇ ਉਸ ਤੋਂ ਬਾਅਦ ਇਸ ਮੁੰਡੇ ਨੇ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਆਰ ਆਈ ਐਮ ਸੀ ਵੀ ਆਪਾਂ ਉਹਨੂੰ ਕਹਿ ਦਿੰਦੇ ਆ ਉੱਥੇ ਦਾਖਲਾ ਲੈ ਲਿਆ ਕਿਉਂਕਿ ਇਸ ਅਫਰੀਦ ਅਫਰੋਸ ਇਸ ਮੁੰਡੇ ਦਾ ਜਿਹੜਾ ਮਕਸਦ ਸੀ ਉਹ ਕਹਿੰਦਾ ਸੀ ਮੈਂ ਡਿਫੈਂਸ ਫੋਰਸਸ ਦੇ ਵਿੱਚ ਜਾਣਾ ਆਖਿਰਕਾਰ ਰਿਜ਼ਲਟ ਆ ਗਿਆ ਇਸੇ ਬੀਤੇ ਟਿਊਸਡੇ ਨੂੰ ਯਾਨੀ ਕਿ ਬੀਤੇ ਮੰਗਲਵਾਰ ਨੂੰ ਉਹ ਪਾਸਿੰਗ ਆਊਟ ਪੈਰੇਡ ਹੋਈ ਹੈ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਪੁਨੇ ਖੜਕਵਾਸਲੇ ਮਹਾਰਾਸ਼ਟਰ ਦੇ ਵਿੱਚ ਹੈ ਇਹ ਪਰ ਉੱਥੇ ਜਦੋਂ ਇਸ ਮੁੰਡੇ ਨੇ ਟਾਪ ਕੀਤਾ ਤੇ ਫਿਰ ਤੁਹਾਨੂੰ ਪਤਾ ਕਿ ਆਪਣੇ ਆਪ ਦੇ ਵਿੱਚ ਇਹ ਪੂਰੀ ਦੁਨੀਆ ਦੇ ਵਿੱਚ ਇਹ ਖਬਰ ਫੈਲ ਗਈ ਔਰ ਕੱਲਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਨੂੰ ਕੱਲਾ ਇਹਨੇ ਟਾਪ ਨਹੀਂ ਕੀਤਾ ਬਲਕਿ ਇਹਨੂੰ ਪ੍ਰੈਜ਼ੀਡੈਂਟਸ 골ਡ ਮੈਡਲ ਵੀ ਮਿਲਿਆ ਤੇ ਇਸ ਤੋਂ ਬਾਅਦ ਇਹਨੂੰ ਬੈਸਟ 에ਅਰ ਫੋਰਸ ਕੈਂਡੀਡੇਟ ਦਾ ਵੀ ਖਿਤਾਬ ਮਿਲਿਆ ਔਰ ਇਸ ਦੇ ਜਿਹੜੇ ਪਿਤਾ ਸੀ ਉਹ ਅੱਜਕੱਲ ਹਾਈਦਰਾਬਾਦ ਦੇ ਵਿੱਚ ਪੋਸਟਡ ਹੈ ਪਹਿਲਾਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਆਫ ਰਿਲੀਜੀਅਸ ਸਟਡੀਜ਼ ਦੇ ਵਿੱਚ ਮੁਹੰਮਦ ਹਬੀਬ ਇਸ ਪਰਿਵਾਰ ਨਾਲ ਮੇਰੀ ਗੱਲ ਵੀ ਹੋਈ ਔਰ ਪਰਿਵਾਰ ਜਿਦ ਤੱਕ ਤੁਸੀਂ ਸਮਝ ਸਕਦੇ ਹੋ ਬਹੁਤ ਖੁਸ਼ ਆ ਔਰ ਉਹਨਾਂ ਨੂੰ ਲੱਗਦਾ ਕਿ ਇਸ ਤੋਂ ਵੱਡੀ ਕੋਈ ਅਚੀਵਮੈਂਟ ਹੋ ਨਹੀਂ ਸਕਦੀ ਔਰ ਮਾਣ ਆ ਉਹਨਾਂ ਨੂੰ ਆਪਣੇ ਇਸ ਮੁੰਡੇ ਤੇ ਪਰ ਮੈਂ ਜਿਹੜੀ ਤੁਹਾਨੂੰ ਗੱਲ ਕਹਿਣਾ ਚਾਹਨਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਕਿ ਜਦੋਂ ਆਮ ਘਰਾਂ ਦੇ ਮੁੰਡੇ ਆਮ ਸਕੂਲਾਂ ਤੋਂ ਪੜ੍ਹ ਕੇ ਇਸ ਤਰ੍ਹਾਂ ਦੀਆਂ ਅਚੀਵਮੈਂਟਸ ਕਰਦੇ ਨੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦੇ ਨੇ ਤੇ ਫਿਰ ਮੈਨੂੰ ਲੱਗਦਾ ਕੱਲੇ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਤੇ ਮਾਣ ਨਹੀਂ ਹੁੰਦਾ ਪੂਰੇ ਹਿੰਦੁਸਤਾਨ ਨੂੰ ਪੂਰੇ ਭਾਰਤ ਨੂੰ ਹੋਣਾ ਚਾਹੀਦਾ ਤੇ ਜਿਹੜੇ ਉਹ ਵਿਅਕਤੀ ਆ ਜਿਹੜੇ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕਮਿਊਨਿਟੀ ਤੋਂ ਆਉਣ ਵਾਲੇ ਮਾਈਨੋਰਿਟੀ ਕਮਿਊਨਿਟੀ ਤੋਂ ਆਉਣ ਵਾਲੇ ਇਹ ਤਾਂ ਦੇਖੋ ਭਾਰਤ ਦੇ ਨਾਗਰਿਕ ਨਹੀਂ ਇਹਨਾਂ ਨੂੰ ਕਿਤੇ ਹੋਰ ਚਲੇ ਜਾਣਾ ਚਾਹੀਦਾ ਮੈਨੂੰ ਲੱਗਦਾ ਇਸ ਲੜਕੇ ਨੇ ਇੱਕ ਤਰ੍ਹਾਂ ਦਾ ਸਾਬਿਤ ਕਰਤਾ ਕਿ ਦਰਅਸਲ ਇਹ ਅਸਲੀ ਨੈਸ਼ਨਲਿਸਟ ਨਹੀਂ ਇਹ ਅਸਲੀ ਦੇਸ਼ ਭਗਤ ਨੇ ਜਿਹੜੇ ਇਹ ਪ੍ਰੋਪਗੈਂਡਾ ਕਰਦੇ ਨੇ ਉਹ ਨਕਲੀ ਨੇ ਬਲਕਿ ਉਹ ਜਾਲੀ ਨੇ ਹੁਣ ਇਹ ਜਿਹੜਾ ਲੜਕਾ ਇਹ ਜਾਏਗਾ ਇੰਡੀਅਨ Air Force Academy ਹైదరాబాద్ ਦੇ ਵਿੱਚ ਉੱਥੇ ਦੀ ਟ੍ਰੇਨਿੰਗ ਆ ਉਸ ਤੋਂ ਬਾਅਦ ਇਹਨੇ ਇਹ ਵੀ ਇੱਕ ਮਕਸਦ ਲਿਆ ਕਹਿੰਦਾ ਮੈਂ ਹੋਰ ਵੀ ਆਪਣੀ ਉਮਰ ਦੇ ਬਹੁਤ ਸਾਰੇ ਨੌਜਵਾਨ ਨੂੰ ਪ੍ਰੇਰਿਤ ਕਰੂੰਗਾ ਉਹਨਾਂ ਨੂੰ ਇਨਸਪਾਇਰ ਕਰੂੰਗਾ ਕਿ ਤੁਸੀਂ ਜ਼ਰੂਰ ਇਸ ਤਰ੍ਹਾਂ ਦੇ ਆਪਣੇ ਟਾਰਗੇਟਸ ਲਓ ਆਬਜੈਕਟਿਵਸ ਲਓ ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੇ ਜ਼ਿੰਦਗੀ ਦਾ ਮਕਸਦ ਬਹੁਤ ਵਧੀਆ ਤੁਸੀਂ ਅਚੀਵਮੈਂਟ ਕੀਤੀ ਹੈ ਬਹੁਤ ਵਧੀਆ ਤੁਹਾਡੀ ਪ੍ਰਾਪਤੀ ਹੈ ਔਰ ਤੁਹਾਡੇ ਜਿਹੜੇ ਪੇਰੈਂਟਸ ਨੇ ਤੁਹਾਡੇ ਤੇ ਪ੍ਰਾਊਡ ਕਰ ਸਕਣ ਔਰ ਕਲੇ ਪੇਰੈਂਟਸ ਨਹੀਂ ਪੂਰਾ ਭਾਰਤ ਤੁਹਾਡੀ ਕਮਿਊਨਿਟੀ ਸਾਰੇ ਤੁਹਾਡੇ ਤੇ ਪ੍ਰਾਊਡ ਕਰ ਸਕਣਗੇ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ